ਈ ਕਾਨਫਰੈਂਸ ਲੈ ਕੇ ਅੱਜ ਜਿਹੜੀ ਕਿ ਪ੍ਰੈਸ ਕਾਨਫਰੈਂਸ ਕੀਤੀ ਗਈ ਹੈ ਤੁਹਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੈਸ ਵਾਲਿਆਂ ਦਾ ਧੰਨਵਾਦ ਦਿਆਂ ਕਿ ਜਿਨ੍ਹਾਂ ਨੇ ਆਪਣਾ ਟਾਈਮ ਕੱਢਿਆ ਮੈਂ ਨਰਿੰਦਰ ਸਿੰਘ ਖੁਸਰੋਪੁਰ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 18 ਤਰੀਕ ਤੋਂ ਲੈ ਕੇ ਜੋ ਅੱਜ ਤੱਕ ਦਾ ਵਰਤਾਰਾ ਉਹਦੇ ਸਬੰਧ ਵਿੱਚ ਅਸੀਂ ਅੱਜ ਤੁਹਾਡੇ ਰੂਬਰੂ ਹੋ ਰਹੇ ਹਾਂ ਕਿਉਂਕਿ ਸਾਡੇ ਗੁਰੂ ਘਰਾਂ ਨੂੰ ਪੁਲਿਸ ਵੱਲੋਂ ਘੇਰਿਆ ਗਿਆ ਤਖਤਾਂ ਨੂੰ ਘੇਰਿਆ ਗਿਆ ਇੱਕ ਇਹ ਨਾਂ ਦੇ ਕੇ ਕਿ ਅਮਰਤਪਾਲ ਸਿੰਘ ਜਿਹੜਾ ਆ ਉਹ ਗੁਰੂ ਘਰ ਦੇ ਵਿੱਚ ਐਂਟਰ ਹੋ ਸਕਦਾ ਸੋ ਮੈਂ ਇਹ ਪੁੱਛਣਾ ਚਾਹੁੰਨਾ ਕਿ ਜਦੋਂ ਅਮਰਜੈਂਸੀ ਲੱਗੀ ਸੀ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਸਤਾਰ ਬੰਨ ਕੇ ਗੁਰੂ ਘਰਾਂ 'ਚ ਸ਼ਰਨ ਲੈਂਦਾ ਰਿਹਾ ਕੀ ਗੱਲ ਉਦੋਂ ਉਦੋਂ ਠੀਕ ਸੀ ਸਾਨੂੰ ਡਰਾਇਆ ਜਾ ਰਿਹਾ ਸਿੱਖ ਕੌਮ ਨੂੰ ਨੌਜਵਾਨਾਂ ਨੂੰ ਕਿ ਗੁਰੂ ਘਰ ਦੇ ਵਿੱਚ ਅੰਮ੍ਰਿਤਪਾਲ ਆ ਜਾਗਾ ਗੁਰੂ ਘਰ ਅੰਮ੍ਰਿਤਪਾਲ ਆ ਸਕਦਾ ਕੋਈ ਵੀ ਸਿੱਖ ਉਹ ਗੁਰੂ ਘਰ ਆ ਸਕਦਾ ਪਰ ਜਿਹੜਾ ਗੁਰੂ ਘਰ ਆ ਇਹ ਚੋਹ ਵਰਨਾਂ ਲਈਏ ਸਾਂਝਾ ਇੱਥੇ ਕੋਈ ਵੀ ਆ ਸਕਦਾ ਇੱਥੇ ਜਾਤ ਪਾਤ ਜਾਂ ਕਿਸੇ ਤੇ ਵਿਸ਼ੇਸ਼ ਵਿਅਕਤੀ ਤੇ ਪਾਬੰਦੀ ਨਹੀਂ ਕੋਈ ਲੱਗੀ ਕਦੀ ਅਜੇ ਤੱਕ ਸੋ ਜਿਹੜਾ ਬਰਤਾਰਾ ਪੁਲਿਸ ਨੇ ਕੀਤਾ ਅੰਮ੍ਰਿਤਪਾਲ ਨੂੰ ਘਰੋਂ ਵੀ ਚੁੱਕਿਆ ਜਾ ਸਕਦਾ ਸੀ ਉਥੋਂ ਅਰੈਸਟ ਕਰਦੇ ਤੇ ਉਹਨੂੰ ਕੱਲੇ ਨੂੰ ਕਰਨਾ ਸੀ ਉਹਨਾਂ ਦਾ ਟਾਰਗੇਟ ਸੀ ਕਿ ਉਹਨਾਂ ਦੇ ਨਾਲ ਦੇ ਜਿਹੜੇ ਆ ਉਹਨਾਂ ਨੂੰ ਵੀ ਨਾਲ ਅਰੈਸਟ ਕੀਤਾ ਜਾਵੇ 18 ਤਰੀਕ ਨੂੰ ਜਾ ਕੇ ਉਥੇ ਘੇਰਾ ਪਾਇਆ ਗਿਆ ਘੇਰਾ ਪਾ ਕੇ ਉਹਨਾਂ ਨੂੰ ਇਸ ਤਰ੍ਹਾਂ ਟਾਰਗੇਟ ਕੀਤਾ ਗਿਆ ਉਸਨੇ ਵੀਡੀਓ ਚ ਵੀ ਅਮਰਤਪਾਲ ਨੇ ਸਪਸ਼ਟ ਕਰ ਦਿੱਤਾ ਕਿ ਮੈਂ ਸਮਝਿਆ ਕਿ ਸਾਨੂੰ ਵਹੀਰ ਤੋਂ ਰੋਕਿਆ ਜਾ ਰਿਹਾ ਅਸੀਂ ਗੱਡੀਆਂ ਤਾਂ ਸਾਈਡ ਤੇ ਕੱਢ ਲਈਆਂ ਰਾਹ ਦੋ ਵਾਰੀ ਬਦਲੇ ਕਿ ਅਸੀਂ ਉੱਥੇ ਪਹੁੰਚ ਜਾਈਏ ਦਮਦਮਾਨ ਸਾਹਿਬ ਸੋ ਜਦੋਂ ਬਾਅਦ ਵਿੱਚ ਉਹਨਾਂ ਨੂੰ ਇਹ ਫੀਲ ਹੋਇਆ ਕਿ ਇਹ ਸਾਡੇ ਨਾਲ ਸਹੀ ਨਹੀਂ ਕਰ ਰਹਾ ਨੈਟਵਰਕ ਬੰਦ ਕਰ ਦਿੱਤੇ ਆ ਤੇ ਉਹਨਾਂ ਨੇ ਜਿਹੜਾ ਹੈਗਾ ਆ ਉਹ ਉੱਥੋਂ ਨਿਕਲ ਗਿਆ ਗੁਰੂ ਘਰ ਗਿਆ ਗੁਰੂ ਘਰ ਉੱਤੋਂ ਹੋ ਕੇ ਉਹ ਪੁਲਿਸ ਨੂੰ ਝਕਾਨੀ ਦੇ ਕੇ ਕਿਸੇ ਤਰ੍ਹਾਂ ਵੀ ਉਹ ਨਿਕਲਦੇ ਰਹਿ ਮੈਂ ਇਹ ਗੱਲ ਪੁੱਛਣਾ ਚਾਹੁੰਨਾ ਜੇ ਉਹ ਨਿਕਲ ਗਿਆ ਤੇ ਉਹਨਾਂ ਦੇ ਚਾਚਾ ਜੀ ਨੇ ਪੁਲਿਸ ਨੂੰ ਆਪ ਫੋਨ ਕਰਕੇ ਆਤਮਨ ਸਵਰਪਨ ਕੀਤਾ ਤੇ ਉਹਦੇ ਨਾਲ ਇਹਨਾਂ ਨੇ ਕੀ ਢਲ ਵਰਤੀ ਆ ਮੈਂ ਸਪਸ਼ਟ ਕਰਨਾ ਚਾਹੁੰਨਾ ਦੋ ਤਰ੍ਹਾਂ ਦੇ ਨਾਲ ਖਤਰਾ ਹੋ ਸਕਦਾ ਜਿਹੜਾ ਬੰਦਾ ਮਾੜਾ ਕੰਮ ਕਰੇ ਉਹਦੇ ਲਈ ਵੀ ਖਤਰਾ ਜਿਹੜਾ ਬੰਦਾ ਚੰਗਾ ਕੰਮ ਕਰੇ ਉਹਦੇ ਲਈ ਵੀ ਉਹਦੇ ਨਾਲ ਦੇ ਜਾਂਦੇ ਦੁਸ਼ਮਣ ਬਣ ਜਾਂਦੇ ਆ ਤਤ ਖਾਲਸਾ ਤੇ ਬੰਦਾ ਹੀ ਖਾਲਸਾ ਬਣਿਆ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਤਮ ਕੀਤਾ ਫਿਰ ਉਹਨਾਂ ਨੂੰ ਵੀ ਖਤਮ ਕੀਤਾ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਨੂੰ ਤੋੜਿਆ ਇਹਨਾਂ ਨੇ ਆਪਣੇ ਅਰੈਸਟ ਕਰਕੇ ਉਦੋਂ ਫਰਕਸ਼ੀਅਰ ਦੇ ਸਾਹਮਣੇ ਆਪਣਾ ਹਉਆ ਬਣਾਉਣ ਦੇ ਲਈ ਸਿੱਖਾਂ ਜਿਹੜੇ ਸਿੱਖ ਘਰਾਂ ਚ ਰਹਿੰਦੇ ਸੀ ਉਦੋਂ ਦੋ ਤਰ੍ਹਾਂ ਦੇ ਸਿੱਖ ਸੀ ਮਿਲਵਰਤਣੀਆਂ ਜਿਹੜੇ ਸਰਕਾਰ ਨਾਲ ਰਲ ਕੇ ਚੱਲਦੇ ਸੀ ਇੱਕ ਸੀ ਨਾ ਮਿਲਵਰਤਣੀਆਂ ਜਿਹੜੇ 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 ਕਿ ਆਪਣੀਆਂ ਹੱਕਾਂ ਦੀ ਗੱਲ ਕਰਦੇ ਤੇ ਉਹਨਾਂ ਨੂੰ ਇਹ ਬਾਗੀ ਕਹਿੰਦੇ ਸੀ ਜਦੋਂ ਸਿਰ ਵੱਢਿਆ ਨਾ ਉਹ ਸਿਰ ਵੱਢ ਹੋਏ ਆ ਜਿਹੜੇ ਮਿਲ ਕੇ ਚੱਲਦੇ ਸਰਕਾਰ ਨਾਲ ਘਰਾਂ ਦੇ ਵਿੱਚ ਸੀ ਅੱਜ ਵੀ ਜਦੋਂ ਦਿੱਲੀ ਦੇ ਵਿੱਚ ਹੋਇਆ ਉੱਥੇ ਕਿਸੇ ਨੇ ਦੇਖਿਆ ਵੀ ਇਹ ਕਿਹੜਾ ਸਿੱਖ ਆ ਉੱਥੇ ਸਿਰਫ ਸਿੱਖ ਦੇ ਕਿ ਆ ਜਾਂ ਬਾਹ ਦੇ ਵਿੱਚ ਕੜਾ ਦੇਖਿਆ ਜਾਂ ਸਿਰ ਤੇ ਕੇਸ ਦਾ ਦਸਤਾਰ ਦੇਖੀ ਆ ਤੇ ਇਥੋਂ ਤੱਕ ਕਿ ਗਿਆਨੀ ਜੈਲ ਸਿੰਘ ਇੱਕ ਰਾਸ਼ਟਰਪਤੀ ਸੀ ਉਹ ਸਿੱਖ ਹੋਣ ਦਾ ਕਰਕੇ ਉਹਦੀ ਗੱਡੀ ਘੇਰ ਕੇ ਵੀ ਉਹਦੇ ਰੋੜੇ ਮਾਰੇਗਾ ਸੋ ਇਸ ਕਰਕੇ ਇਹ ਸਿੱਖੋ ਤੁਸੀਂ ਇਹ ਮਤ ਸੋਚੋ ਕਿ ਅਸੀਂ ਅੱਜ ਬਚ ਗਏ ਆ ਤੇ ਅਮਰਤਪਾਲ ਦੇ ਨਾਲ ਦੇ ਫੜੇ ਗਏ ਆ ਤੇ ਅਸੀਂ ਕੱਲ ਨੂੰ ਬਚ ਜਾਗੇ ਵਾਰੀ ਸਾਰਿਆਂ ਦੀ ਆਉਣੀ ਆ ਅੱਜ ਆ ਜਾਵੇ ਕੱਲ ਆ ਜਾਵੇ ਜੇ ਤੁਸੀਂ ਨਾ ਜਾਗੇ ਜੇ ਜਾਗ ਪਏ ਤਾਂ ਕਿਸੇ ਦੀ ਜ਼ਰਤ ਨਹੀਂ ਤੁਹਾਨੂੰ ਕੋਈ ਛੇੜ ਜਵੇ ਇੱਕ ਸ਼ਾਹ ਕੋਟ ਵਾਲ ਦਾ ਕੋਈ ਸਿੱਖ ਆ ਉਹ ਅਮਰਤਪਾਲ ਦੇ ਖਿਲਾਫ ਬੋਲਦਾ ਉਹਨੂੰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਅਸੀਂ ਗੁਰੂ ਘਰ ਦੇ ਕੁੱਕਰਾਂ ਅਸੀਂ ਗੁਰੂ ਘਰ ਦੇ ਕੁੱਤੇ ਆ ਕੌਮ ਤੇ ਕਿਸੇ ਸਿੱਖ ਤੇ ਕੋਈ ਵੀ ਭੀੜ ਪਵੇ ਤੇ ਸਾਡਾ ਬੋਲਣਾ ਤੇ ਨਿਕਲਣਾ ਫਰਜ਼ ਆ ਉਹ ਉਹਨੂੰ ਮੈਂ ਇਹ ਗੱਲ ਕਹਿੰਦਾ ਕਿ ਜਿਹੜਾ ਆਪਣੇ ਘਰ ਘਰ ਪਹੁੰਚ ਕੇ ਕੁੱਤਾ ਉਹਦੀ ਵੈਲਯੂ ਆ ਜਦੋਂ ਦੂਜੇ ਦੇ ਘਰ ਤੇ ਜਾ ਕੇ ਤੂੰ ਪਹੁੰਚਿਆ ਤੂੰ ਭੌਂਕਦਾ ਦੂਜੇ ਦੇ ਘਰ ਤੇ ਜਾ ਕੇ ਤੇਰੀ ਵੈਲ ਜੂ ਨਹੀਂ ਹੋਣੀ ਤੇਰੇ ਡੰਡੇ ਪੈਣੇ ਆ ਕਿਉਂਕਿ ਤੂੰ ਦੂਜੇ ਦੇ ਘਰ ਜਦੋਂ ਭੌਂਕਦਾ ਉਹ ਕਹਿਣਗੇ ਕਿ ਆਪਣੇ ਦਾ ਤਾਂ ਹੋਇਆ ਨਾ ਤੇ ਸਾਡਾ ਕਿੱਥੋਂ ਹੋ ਜੂ ਇਸ ਕਰਕੇ ਮੈਂ ਉਹਨੂੰ ਬੇਨਤੀ ਕਰਦਾ ਕਿ ਤੂੰ ਇਹੋ ਜੀ ਸ਼ਬਦਾਂ ਵਾਲੀ ਜਿਹੜੀ ਆ ਕੌਮ ਤੇ ਜਿਹੜਾ ਸਮਾ ਬਣਿਆ ਆ ਤੂੰ ਇਹ ਜੋ ਬੋਲਦਾ ਆ ਬਿਲਕੁਲ ਗਲਤ ਆ ਇਹਨੂੰ ਤੂੰ ਬੰਦ ਕਰ ਤੇ ਸੋਚ ਸੋ ਸਾਨੂੰ ਸਾਰੇ ਸਿੱਖਾਂ ਨੂੰ ਰੜ ਕੇ ਮੈਂ ਵਕੀਲ ਸਾਹਿਬਾਨ ਜਿਹੜੇ ਉੱਥੇ ਦਿੱਲੀ ਗਏ ਆ ਆਪਣੇ ਡਿਬਰੂਗਰ ਗਏ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਉੱਥੋਂ ਦੀ ਸਾਰੀ ਦੇਖ ਕੇ ਐਸੋਸੀਏਸ਼ਨ ਆਏ ਆ ਉਹਦੇ ਵਿੱਚ ਦੀਪ ਸਿੱਧੂ ਦਾ ਭਰਾ ਵੀ ਆ ਸ਼੍ਰੋਮਣੀ ਕਮੇਟੀ ਨੇ ਭੇਜੇ ਆ ਚੰਗਾ ਕਦਮ ਆ ਉਹ ਆ ਕੇ ਜਿਹੜੇ ਵਕੀਲ ਚੰਡੀਗੜ੍ਹ ਲੜ ਰਹੇ ਆ ਉਹਨਾਂ ਦੇ ਨਾਲ ਆ ਕੇ ਇੱਕ ਬੈਠਕ ਕਰਨ ਔਰ ਸਾਂਝੇ ਤੌਰ ਤੇ ਜਿਹੜੇ ਜਿਹੜੀਆਂ ਇਨਪੁਟ ਆ ਉਸ ਤਰੀਕੇ ਨਾਲ ਉਹ ਚੱਲਣ ਤੇ ਸਿੱਖ ਕੌਮ ਨੂੰ ਮੈਂ ਬੇਨਤੀ ਕਰਦਾ ਕਿ ਸਾਨੂੰ ਇਕੱਠੇ ਹੋ ਕੇ ਕੋਈ ਨਾ ਕੋਈ ਵੱਡਾ ਪ੍ਰੋਗਰਾਮ ਲੀਕਣਾ ਚਾਹੀਦਾ ਮੂਰੇ ਇਲੈਕਸ਼ਨ ਵੀ ਆ ਗਈ ਆ ਉਹ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਸਾਡਾ ਜਿਹੜਾ ਸਰਦਾਰ ਮਾਨ ਨੇ ਖੜਾ ਕੀਤਾ ਗੁਰਜਨ ਸਿੰਘ ਕਟੂ ਜੋ ਉਹਨਾਂ ਦਾ ਪੀਏ ਆ ਔਰ ਉਹ ਵੋਟਾਂ ਜਿਹੜੀਆਂ ਤੁਹਾਨੂੰ ਪੰਥ ਨੂੰ ਪਾਉਣੀਆਂ ਚਾਹੀਦੀਆਂ ਨਾ ਕਿ ਜੇ ਜੇ ਤੁਸੀਂ ਸਭਿਆਚਾਰ ਦੇ ਵਿੱਚ ਅਸੀਂ ਆਪਣੇ ਬੱਚੇ ਨਾਲੋਂ ਆਪਣੇ ਭਤੀਜਿਆਂ ਦਾ ਭਤੀਜਿਆਂ ਦਾ ਜ਼ਿਆਦਾ ਖਿਆਲ ਕਰਦੇ ਆ ਤੇ ਔਰ ਉਹ ਆਪਣੇ ਬੱਚੇ ਦਾ ਆਪਣੇ ਭਤੀਜੇ ਦੇ ਨਾਲ ਉਹਦੇ ਨਾਲ ਰਿਹਾ ਤੁਸੀਂ ਜੇ ਮੂਸੇ ਵਾਲਾ ਜਿਹੜਾ ਕਤਲ ਕਰ ਦਿੱਤਾ ਗਿਆ ਉਹਦਾ ਪਿਤਾ ਇੱਕ ਦਿਨ ਹੀ ਉਤੋਂ ਪਾਸੀ ਹੋਇਆ ਤੇ ਉਹਦੇ ਉਹਨੂੰ ਆਪਣਾ ਪੁੱਤ ਗਵਾਉਣਾ ਪਿਆ ਪਹਿਲਾਂ ਸਾਨੂੰ ਦੀਪ ਸਿੱਧੂ ਗਵਾਉਣਾ ਪਿਆ ਇਸ ਕਰਕੇ ਉਹਦਾ ਚਾਚਾ ਉਹਦੇ ਨਾਲ ਸੀ ਔਰ ਉਹ ਕੋਈ ਗਲਤ ਕੰਮ ਨਹੀਂ ਸੀ ਅਮਰਪਾਲ ਕਰਦਾ ਉਹ ਨਸ਼ੇ ਛਡਾਉਂਦਾ ਸੀ ਅੱਜ ਕੱਲ੍ਹ ਕੇਂਦਰਾਂ ਦੇ ਵਿੱਚ 25-25 ਹਜ਼ਾਰ ਰੁਪਈਆ 50-50 ਹਜ਼ਾਰ ਰੁਪਈਆ ਮਹੀਨੇ ਦਾ ਲਿਆ ਜਾਂਦਾ ਬੰਦਿਆਂ ਨੂੰ ਅੰਦਰ ਤਾੜ ਕੇ ਰੱਖਿਆ ਜਾਂਦਾ ਉੱਥੇ ਉਹਨਾਂ ਨੂੰ ਨਸ਼ੇ ਵੀ ਦਿੱਤੇ ਜਾਂਦੇ ਆ ਤੇ ਮੁੜ ਕੇ ਜਦੋਂ ਹੰਬ ਜਾਣ ਕਰਦੇ ਤੇ ਉਹਨੂੰ ਲੈ ਆਉਂਦੇ ਆ ਤੇ ਫੇਰ ਉਹ ਨਸ਼ਾ ਕਰਦਾ ਉੱਥੇ ਖੁੱਲੇ ਮਾਹੌਲ 'ਚ ਨਸ਼ਾ ਛਡਾਇਆ ਜਾ ਰਿਹਾ ਸੀ ਅਮਰਤ ਸ਼ਿਕਾਇਤ ਆ ਜਾ ਰਿਹਾ ਸੀ ਬਾਣੀ ਦੇ ਨਾਲ ਜੋੜਿਆ ਜਾ ਰਿਹਾ ਸੀ ਉਥੇ ਕਿਹੜੀ ਇਹੋ ਜੀ ਆਫਤ ਆ ਗਈ ਆ ਕਿ ਜਿਹੜੀ ਉਹ ਉਹ ਜਿਹੜਾ ਇਥੋਂ ਫੜ ਫੜ ਕੇ ਨੌਜਵਾਨਾਂ ਤੇ ਬਜ਼ੁਰਗਾਂ ਤੇ ਐਨਐਸਏ ਲਾ ਕੇ ਸਾਨੂੰ ਕਾਲੇ ਪਾਣੀ ਭੇਜਿਆ ਜਾ ਰਿਹਾ ਜੇ ਤੁਸੀਂ ਸਾਡੀ ਗੱਲ ਸੁਣਨੀ ਨਹੀਂ ਸਾਡੇ ਮਸਲੇ ਹੱਲ ਨਹੀਂ ਕਰਨੇ 328 ਰੂਪ ਮਹਾਰਾਜ ਦੇ ਗੁੰਮ ਹੋਏ ਉਹ ਨਹੀਂ ਦੱਸਣਾ ਬਾਬਲ ਕਲਾਂ ਸਾਡੇ ਸਿੰਘ ਸ਼ਹੀਦ ਕਰਤੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਹੋਈ ਗਲੀਆਂ 'ਚ ਖਲਾ ਰਿਆ ਉਹਦਾ ਸਾਨੂੰ ਇਨਸਾਫ ਨਹੀਂ ਸਾਡੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਆ ਉਹਦੇ ਤੇ ਸਾਡੇ ਨਾਲ ਟੇਬਲ ਟਾਕ ਕੋਈ ਨਹੀਂ ਜੇ ਇਹ ਆਮ ਪਾਰਟੀ ਕਹਿੰਦੀ ਆ ਕਿ ਸੈਂਟਰ ਉਹਨਾਂ ਨੂੰ ਛੱਡਦੀ ਨਹੀਂ ਬੰਦੀ ਸਿੰਘਾਂ ਨੂੰ ਤੇ ਭੁੱਲੜ ਦਾ ਕੇਸ ਤੇ ਕੇਜਰੀਵਾਲ ਦੇ ਕੋਲ ਆ ਨਾ ਉਹ ਤਾਂ ਦਿੱਲੀ ਸਰਕਾਰ ਨੇ ਉਹਨੂੰ ਰਿਹਾ ਕਰਨਾ ਉਹਨੂੰ ਵੀ ਰਿਹਾ ਨਹੀਂ ਕਰ ਰਿਆ ਤੇ ਸਰ ਮਾਮਲੇ ਦੇ ਵਿੱਚ ਕਿ ਚਲਕ ਦੋਸ਼ੀ ਕਿਨੂੰ ਮੰਨਦੇ ਸੈਂਟਰ ਸਰਕਾਰ ਕਿ ਦੋਨੋਂ ਰਲ ਕੇ ਚੱਲਣ ਦਾ ਹੈ ਜੀ ਜਿਹੜਾ ਸਿੱਖਾਂ ਨੂੰ ਟਾਰਗੇਟ ਕਰਦਾ ਆ ਉਹ ਉਹ ਸੈਂਟਰ ਤੇ ਪੰਜਾਬ ਸਰਕਾਰ ਰਲ ਕੇ ਚੱਲਣ ਲਈ ਆ ਇਹ ਬਿਲਕੁਲ ਕਿ ਖਿਚੜੀ ਆ ਪੰਜਾਬ ਸਰਕਾਰ ਨੂੰ ਨਹੀਂ ਚਾਹੀਦਾ ਵੀ ਇੱਥੇ ਤੁਸੀਂ ਇੱਕ ਤੁਸੀਂ ਇਮਾਨਦਾਰੀ ਨਾਲ ਦੱਸੋ ਤੁਸੀਂ ਪੱਤਰਕਾਰਾਂ ਇੱਕ ਵੀ ਪਰਸੈਂਟ ਦੇ ਮਾਹੌਲ ਖਰਾਬ ਨਾ ਕਰੋ ਇੱਕ ਸਿਰਫ ਸਿੱਖਾਂ ਨੂੰ ਟਾਰਗੇਟ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਬਹੁਤ ਕੀਤੀ ਆ ਪਰ মিডিਆ ਭਰਾਮਾਂ ਦੇ ਸ਼ਾਬਾਸ਼ ਜਿਨ੍ਹਾਂ ਦੇ ਭਾਵੇਂ ਕਾਉਂਟਰ ਉਹਨਾਂ ਦੇ ਬੰਦ ਹੋ ਗਏ ਆ ਚੈਨਲ ਉਹਨਾਂ ਦੇ ਟਵਿੱਟਰ ਬੰਦ ਹੋ ਗਏ ਆ ਪਰ ਉਹਨਾਂ ਨੇ ਆਵਾਜ਼ ਚੁੱਕੀ ਆ ਇਸ ਕਰਕੇ ਸਿੱਖਾਂ ਦਾ ਅਕਸ ਜਿਹੜਾ ਇਹ ਵਿਗਾੜ ਨਹੀਂ ਸਕੇ ਜਿਹੜਾ ਕਿ ਚਾਹੁੰਦੇ ਸੀ ਕਿ ਅਮਰਤਪਾਲ ਨਿਕਲੇ ਉਹ ਮੋਰਿਓ ਫਾਇਰਿੰਗ ਕਰੇ ਉਹਦੇ ਤੇ ਅਸੀਂ ਫਾਇਰਿੰਗ ਕਰੀਏ ਇਹਨਾਂ ਨੂੰ ਉੱਥੇ ਢੇਰੀ ਕਰੀਏ ਲੋਕਾਂ ਨੂੰ ਕਹੀਏ ਕਿ ਅਸੀਂ ਇਹ ਉਹਨਾਂ ਨੇ ਸਾਨੂੰ ਜਿਹੜਾ ਮੋਰਿਓ ਜਿਹੜੀ ਹੈਗੀ ਆ ਸਾਡੇ ਤੇ ਗੋਲੀ ਚਲਾਈ ਆ ਆਣ ਵੇਲੇ ਟਾਈਮ ਤੇ ਤੁਹਾਡੀ ਪਾਰਟੀ ਵੱਲੋਂ ਕੀ ਸਕੈਂਡ ਕੀਤਾ ਜਾ ਸਾਡੇ ਮੈਂ ਤਾਂ ਸਾਰੇ ਸਿੱਖਾਂ ਨੂੰ ਇਹ ਗੱਲ ਕਹਿੰਨਾ ਕਿ ਜਿਹੜੇ ਹਾਲਾਤ ਬਣਿਆ ਨਾ ਇਹਦੇ ਵਿੱਚ ਜੇ ਕੋਈ ਸਿੱਖ ਕਹਿ ਦੇਵੇ ਵੀ ਅੱਜ ਉਹਨਾਂ ਤੇ ਐਨਐਸਏ ਲੱਗ ਗਈ ਆ ਤੇ ਦੂਜਾ ਵਾਰ ਜਵੇਂ ਇਦਾਂ ਕਦੀ ਨਹੀਂ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਤੇ ਵੀ ਤਤ ਖਾਲਸਾ ਤੇ ਬੰਦਾ ਹੀ ਖਾਲਸਾ ਬਣਿਆ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਤਮ ਕੀਤਾ ਇਸ ਆਜ਼ਾਦੀ ਦੀ ਲੜਾਈ ਲਈ ਲੜਨ ਨੂੰ ਲੜਦੇ ਨੂੰ ਔਰ ਅਖੀਰ ਤੱਕ ਉਹ ਲੜੀ ਜਾਂਦਾ ਉਹਨੇ ਆਪਣਾ ਪਿੱਛਾ ਨਹੀਂ ਦੇਖਿਆ ਅੱਗਾ ਨਹੀਂ ਦੇਖਿਆ ਸੋ ਇਸ ਕਰਕੇ ਸਾਨੂੰ ਹੁਣ ਸੋਚਣਾ ਪਊਗਾ ਕਿ ਤੁਸੀਂ ਕਿਧਰਲੇ ਪਾਸੇ ਜਾਣਾ ਅੱਗੇ ਤੁਸੀਂ 92 ਦੇ ਕੇ ਅੱਜ ਅੱਖਾਂ 'ਚ ਘਸੌਣ ਦੇ ਕੇ ਰਹੁੰਦੇ ਹੋ ਤੇ ਅੱਗੋਂ ਵੀ ਰੋ ਹੋਗੇ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਤੁਸੀਂ ਇਕੱਠੇ ਹੋ ਕੇ ਬਾਕੀ ਸਰਕਾਰ ਐਨਐਸਏ ਲਾਈ ਜਾਂਦੀ ਆ ਜੇ ਸਾਡੇ ਤੇ ਵੀ ਲਾਉਣੀ ਲਾ ਦੇ ਜੇ ਤੇ ਮਰਜ਼ੀ ਲਾ ਦੇ ਇਹ ਐਨਐਸਏ ਲਾਇਆ ਨਹੀਂ ਮੁੱਕਣੇ ਤੇ ਨਾ ਇਹਨਾਂ ਨੂੰ ਤੁਸੀਂ ਗੁਰੂ ਘਰ ਤੋਂ ਰੋਕ ਸਕਦੇ ਆ ਬਦਾਲੀ ਨੇ ਰੋਕ ਕੇ ਦੇਖ ਲਿਆ ਮਸੇ ਰੰਗਣ ਨੇ ਰੋਕ ਕੇ ਦੇਖ ਲਿਆ ਇਹ ਜਿਹੜਾ ਘੇਰਾ ਆ ਤੁਰੰਤ ਹਟਾਉਣਾ ਚਾਹੀਦਾ ਤੇ ਸਿੱਖਾਂ ਨੂੰ ਆਪਣਾ ਜਿਹੜਾ ਖਾਲਸਾ ਜਪਸਿਆ ਉਹ ਸਾਜਨਾ ਜਪਸਿਆ ਉਹ ਆਜ਼ਾਦੀ ਦੇ ਨਾਲ ਮਿਲਾਉਣ ਦੇਣਾ ਚਾਹੀਦਾ ਨਾ ਕਿ ਸਾਨੂੰ ਉੱਥੇ ਗੁਲਾਮੀ ਦਾ ਤੁਸੀਂ ਅਹਿਸਾਸ ਕਰਾਓ ਅਸੀਂ ਅੱਗੇ ਬੜੇ ਦੁਖੀ ਆ ਕਿਉਂਕਿ ਤੁਸੀਂ ਸਾਡੇ ਰੋਜ਼ ਦੀ ਰੋਜ਼ ਸਾਡੇ ਤੇ ਗਲਤ ਰਸਾ ਪਾਈ ਜਾਂਦੇ ਆ ਤੇ ਉਹਨੂੰ ਵਟ ਦੇਈ ਜਾਂਦੇ ਆ ਤੇ ਇਹ ਜੇ ਤੁਸੀਂ ਇਹ ਨਾ ਹਟੇ ਤੇ ਇਹਦੇ ਇਹਦੇ ਜਿਹੜੀ ਜ਼ਿੰਮੇਵਾਰ ਆ ਇਹ ਸਰਕਾਰ ਹੋਊਗੀ ਮੈਂ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਮੈਂ ਆਉਂਦੇ ਨੂੰ ਫੋਟੋ ਦੇਖੀਆਂ ਕੇਜਰੀਆਲ ਦੀਆਂ ਤੇ ਭਗਮਨਤਮਨ ਦੀਆਂ ਉਹ ਦੋਨੋਂ ਬਾਹਾਂ ਖੜੀਆਂ ਕਰ ਗਏ ਆ ਆ ਮੈਰਾਜ ਵਿੱਚ ਵੋਟ ਦੇਖਿਆ ਦੋਨਾਂ ਨੇ ਬਾਹਾਂ ਖੜੀਆਂ ਕਰਤੀਆਂ ਉਹ ਜਦੋਂ ਬੰਦੇ ਦੋਨੋਂ ਬਾਹਾਂ ਖੜੀਆਂ ਕਰ ਗਏ ਵੀ ਸਾਡੇ ਬਸ ਦੀ ਗੱਲ ਨਹੀਂ ਤੇ ਤੁਸੀਂ ਕਿਉਂ ਉਹਨਾਂ ਨੂੰ ਵੋਟਾਂ ਪਾਈ ਜਾਂਦੇ ਤੇ ਕਿਉਂ ਉਹਨਾਂ ਨਾਲ ਤੁਰਦੇ ਆ ਉਹ ਤਾਂ ਬਾਹਾਂ ਖੜੀਆਂ ਕਰ ਗਏ ਆ ਆ ਮੈਰਾਜ ਦੇਖੇ ਵੋਟ ਲੱਗੇ ਸੋ ਇਸ ਕਰਕੇ ਕੋ ਸਮਝੋ ਇਹ ਇਹ ਜਿਹੜੀ ਸਰਕਾਰ ਆ ਜਾਂ ਸੈਂਟਰ ਸਰਕਾਰ ਆ ਇਹ ਸਾਡੇ ਪੰਜਾਬ ਦੇ ਜਿਹੜੀ ਆ ਇਹ ਇਹਨੂੰ ਬਰਬਾਦ ਕਰਨ ਤੇ ਤੁਲੀ ਆ ਇੱਥੇ ਬਿਲਕੁਲ ਸ਼ਾਂਤੀ ਆ ਦੁਕਾਨਦਾਰ ਨਹੀਂ ਅਸੀਂ ਲੜਦਾ ਨਾ ਅਸੀਂ ਅੱਡੇ ਤੇ ਲੜਦੇ ਆ ਨਾ ਅਸੀਂ ਮਹੱਲੇ 'ਚ ਲੜਦੇ ਆ ਨਾ ਸਾਡੀ ਕਿਸੇ ਨਾਲ ਕੋਈ ਪ੍ਰੋਬਲਮ ਆ ਜਾਣ ਬੁੱਝ ਕੇ ਉਹਨੂੰ ਮਤਲਬ ਇਹ ਇਹ ਜਿਹੜਾ ਅਸ਼ਾਂਤ ਬਣਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੀ ਕਦੀ ਕਾਮਯਾਬ ਨਹੀਂ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ